ਮਹੀਨਿਆਂ ਤੋਂ ਹਰਨੀਆ ਦੀ ਪ੍ਰੋਬਲਮ ਸੀ ਤੇ ਮੈਂ ਯੂਟਿਊਬ ਤੇ ਜਸਮੀਤ ਸਿੰਘ ਆਹਲੂਵਾਲੀਆ ਸਟਾਰ ਹੌਸਪੀਟਲ ਜਲੰਧਰ ਆਏ, ਆਪਰੇਟ ਹੋਇਆ। ਉਹ ਦੂਰਬੀਨ ਰਹੀ ਹੋਇਆ ਜਿਹਦੇ ਵਿੱਚ ਬਹੁਤ ਹੀ ਨਿੱਕੇ ਨਿੱਕੇ ਕੱਟ ਲੱਗਦੇ ਆ। ਬਹੁਤ ਵਧੀਆ ਆਪਰੇਟ ਹੋਇਆ ਜੀ ਤੇ ਉਹਦੀ ਰਿਕਵਰੀ ਵੀ ਬਹੁਤ ਜਲਦੀ ਹੋਈ ਆ। ਅੱਜ 5 ਦਿਨਾਂ ਬਾਅਦ ਮੈਂ ਬਿਲਕੁਲ ਠੀਕ ਫੀਲ ਕਰ ਰਿਹਾ। ਮੈਂ ਅਮਿਤ, ਮੈਨੂੰ ਪਿਛਲੇ 6 ਮਹੀਨਿਆਂ ਤੋਂ ਹਰਨੀਆ ਦੀ ਪ੍ਰੋਬਲਮ ਸੀ ਤੇ ਮੈਂ ਸਿਟੀ ਫਿਰੋਜ਼ਪੁਰ ਤੋਂ ਬਿਲੋਂਗ ਕਰਦਾ ਤੇ ਅਸੀਂ ਪਹਿਲਾਂ ਕਾਫੀ ਡਾਕਟਰਾਂ ਨੂੰ ਮਿਲ ਚੁੱਕੇ ਸੀ ਵੱਡੇ ਵੱਡੇ ਸ਼ਹਿਰ 'ਚ। ਫਿਰ ਅਸੀਂ ਯੂਟਿਊਬ ਤੇ ਜਸਮੀਤ ਸਿੰਘ ਆਹਲੂਵਾਲੀਆ ਸਟਾਰ ਹੌਸਪੀਟਲ ਜਲੰਧਰ ਆਏ, ਫਿਰ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਸਾਨੂੰ ਆਪਰੇਟ ਲਈ ਦੱਸਿਆ। ਫਿਰ ਉਹ ਕਰਵਾਇਆ, ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ, ਪਤਾ ਹੀ ਨਹੀਂ ਚੱਲਿਆ। ਬਹੁਤ ਵਧੀਆ ਆਪਰੇਟ ਹੋਇਆ ਜੀ ਤੇ ਉਹਦੀ ਰਿਕਵਰੀ ਵੀ ਬਹੁਤ ਜਲਦੀ ਹੋਈ ਆ। ਅੱਜ 5 ਦਿਨਾਂ ਬਾਅਦ ਮੈਂ ਬਿਲਕੁਲ ਠੀਕ ਫੀਲ ਕਰ ਰਿਹਾ। ਮੇਰਾ ਜਿਹੜਾ ਅਪਡੇਟ ਹੋਇਆ ਉਹ ਦੂਰਬੀਨ ਰਹੀ ਹੋਇਆ ਜਿਹਦੇ ਵਿੱਚ ਬਹੁਤ ਹੀ ਨਿੱਕੇ ਨਿੱਕੇ ਕੱਟ ਲੱਗਦੇ ਆ ਜੋ ਬਿਲਕੁਲ ਹੀ ਖਤਮ ਹੋ ਜਾਂਦੇ ਆ। ਤੇ ਜੋ ਵੀ ਕਿਸੇ ਨੇ ਕਰਵਾਉਣਾ ਹੋਏ ਹਰਨੀਆਂ ਲਈ ਤੇ ਡਾਕਟਰ ਸਾਹਿਬ ਨੂੰ ਆ ਕੇ ਜ਼ਰੂਰ ਮਿਲਣ।